ਅਸੀਂ ਆਰਟੀਆਈ ਮੰਗੀਆਂ ਸੀਗੀਆਂ ਜੀ ਇਹਨਾਂ ਤੋਂ ਤੇ ਆਰਟੀਆਈ ਦੇ ਜਵਾਬ ਨਹੀਂ ਦੇਣ ਕਰਕੇ ਵੀ ਇਹਨੇ ਝੂਠਾ ਮੁਕੱਦਮਾ ਸਾਡੇ ਤੇ ਬਣਾਉਂਦਾ ਸੀਗਾ ਜੀ ਇਹ ਦੇਸ਼ ਦਰੋਹੀ ਦਾ ਵੀ ਬਣਾਉਂਦਾ ਸੀ ਨਾਲੇ ਕਹਿੰਦਾ ਵੀ ਤੈਨੂੰ ਆਤਮਦਾਹ ਕਰਨੀ ਇਸ ਹੀ ਸੁਬੇ ਸਿੰਘ ਕ੍ਰਿਸ਼ਨ ਹੌਲਦਾਰ ਤੇ ਇਹ ਸਰਪੰਚਨੀ ਜਸਪਾਲ ਕੌਰ ਉਹ ਸਰਬਜੀਤ ਸਰਪੰਚ ਤੇ ਇਹਦਾ ਭਰਾ ਅਮਰਜੀਤ ਹੈ ਜੀ ਉਹ ਉੱਥੇ ਚੰਡੀਗੜ੍ਹ ਮਿੰਨੀ ਸੈਕਟਰ 'ਚ ਲੱਗਾ ਹੋਇਆ ਤੇ ਉਹ ਸਾਡੀ ਕੋਈ ਕਾਰਵਾਈ ਅੱਜ ਤੱਕ ਕਦੀ ਕੋਈ ਨਹੀਂ ਹੁੰਦੀ ਲੁਧਿਆੜੀ ਕਰਨ ਵਾਲਾ ਬੰਦਾ ਜੀ ਮੇਰੇ ਦੋ ਲੜਕੀਆਂ ਨੇ ਇੱਕ ਲੜਕਾ ਹੈ ਉਹਨੂੰ ਉਸੇ ਦੀ ਵਜ੍ਹਾ ਨਾਲ ਮੇਰੀ ਸ਼ਾਦੀ ਨਹੀਂ ਹੋ ਰਹੀ ਲੜਕੀਆਂ ਦੀ ਅਸੀਂ ਮਨਜੀਤ ਸਿੰਘ ਬਠਲੇ ਦੀ ਢਾਣੀ ਤੇ ਮਨਜੂਰ ਸੀ ਮੌਕੇ ਦਾ ਸਰਪੰਚ ਦੀ ਢਾਣੀ ਵੀ ਉੱਥੇ ਹੀ ਹੈ ਦਾਰੂ ਨਾਲ ਫੁੱਲ ਹੋਇਆ ਹੋਇਆ ਸੀ ਸਰਪੰਚ ਸਰਬਜੀਤ ਦਾਰੂ ਪੀ ਰੱਖੀ ਫੁੱਲ ਪੀ ਸੀ ਆਰ ਉੱਥੇ ਖੜੀ ਹੋਈ ਸੀ ਆਪਣੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਵੀ ਇਹਦਾ ਮੈਡੀਕਲ ਕਰਵਾਓ ਹਾਂਜੀ ਪਲਵਿੰਦਰ ਸਿੰਘ ਮੇਰਾ ਨਾਮ ਹੈ ਜੀ ਵੈਦ ਵਾਲਾ ਪਿੰਡ ਹੈ ਜੀ ਕੀ ਮਾਮਲਾ ਹੈ ਪੂਰਾ ਮਾਮਲਾ ਜੀ ਸਾਡਾ ਜੀ ਲੋਕਾਂ ਜੀ ਕੋ ਕੇਸ ਚੱਲ ਰਹੇ ਜੀ ਵੀ 2 ਸਾਲ ਹੋ ਚੱਲੇ ਕਰੀਬਨ ਇਹ ਜੀ ਮੇਰੇ ਤੇ ਝੂਠਾ ਮੁਕੱਦਮਾ ਸਰਪੰਚ ਸਰਬਜੀਤ ਜਸਪਾਲ ਕੌਰ ਮੌਕੇ ਦੀ ਸਰਪੰਚ ਸੀ ਉਦੋਂ ਤੇ ਇਹਨੇ ਮੇਰੇ ਝੂਠਾ ਮੁਕੱਦਮਾ ਸੀ ਆਰਟੀਆਈ ਮੰਗੀਆਂ ਸੀਗੀਆਂ ਜੀ ਇਹਨਾਂ ਤੋਂ ਤੇ ਆਰਟੀਆਈ ਦਾ ਜਵਾਬ ਨਹੀਂ ਦੇਣ ਕਰਕੇ ਵੀ ਇਹਨੇ ਝੂਠਾ ਮੁਕੱਦਮਾ ਸਾਡੇ ਤੇ ਬਣਾਉਂਦਾ ਸੀਗਾ ਜੀ ਇਹ ਦੇਸ਼ ਦਰੋਹੀ ਦਾ ਵੀ ਬਣਾਉਂਦਾ ਸੀ ਨਾਲੇ ਕਹਿੰਦਾ ਵੀ ਤੈਨੂੰ ਆਤਮਦਾਹ ਕਰਨੀ ਹੈ ਇਸ ਹੀ ਸੁਬੇ ਸਿੰਘ ਕ੍ਰਿਸ਼ਨ ਹੌਲਦਾਰ ਤੇ ਇਹ ਸਰਪੰਚਨੀ ਜਸਪਾਲ ਕੌਰ ਉਹ ਸਰਬਜੀਤ ਸਰਪੰਚ ਤੇ ਇਹਦਾ ਭਰਾ ਅਮਰਜੀਤ ਹੈ ਜੀ ਉਹ ਉੱਥੇ ਚੰਡੀਗੜ੍ਹ ਮਿੰਨੀ ਸੈਕਟਰ 'ਚ ਲੱਗਾ ਹੋਇਆ ਤੇ ਉਹ ਸਾਡੀ ਕੋਈ ਕਾਰਵਾਈ ਅੱਜ ਤੱਕ ਕਦੀ ਕੋਈ ਨਹੀਂ ਆਉਣ ਦਿੱਤੀ ਅੱਜ ਮੈਂ ਇਹਦੇ ਠੇਕੇ ਲਈ ਹੋਏ ਮਨਜੀਤ ਸਿੰਘ ਬਠਲੇ ਦੇ ਪੈਲੀ ਲਈ ਹੋਏ ਠੇਕੇ ਜੀ ਤੇ ਮੈਂ ਪੱਠੇ ਲੈ ਕੇ ਕੱਟ ਕੇ ਤੇ ਮੈਂ ਰੇਹੜੀ 'ਤੇ ਲੱਦ ਕੇ ਚੱਲਣ ਲੱਗਾ ਮਗਰੋਂ ਇਹਨਾਂ ਦੇ ਬੰਦੇ ਪੈ ਗਏ ਸਰਪੰਚ ਆਪ ਪਿਆ ਜੀ ਸਰਬਜੀਤ ਨਾਲ ਇਹਦਾ ਮੁੰਡਾ ਸੀਗਾ ਸਰਬਜੀਤ ਦਾ ਨਾਲ ਇੱਕ ਮਾਮੇ ਦਾ ਮੁੰਡਾ ਸੀ 2 ਬੰਦੇ ਹੋਰ ਸੀਗੇ ਜੀ ਉਹਨਾਂ ਨੂੰ ਮੈਂ ਜਾਣਦਾ ਨਹੀਂ ਗਾ ਜੀ ਹਾਂਜੀ ਤੇ ਡਾਂਗਾਂ ਤੇ ਕਿਰਪਾਨਾਂ ਵੀ ਲੈ ਕੇ ਫਿਰ ਰਹੇ ਸੀਗੇ ਕਿਸੇ ਕੋਲ ਨਹੀਂ ਗਿਆ ਮੈਂ ਅੱਜ ਤੱਕ ਕਿਸੇ ਰੈਲੀ 'ਚ ਨਹੀਂ ਗਿਆ ਜੀ ਕਿਉਂਕਿ ਮੈਂ ਡਰਾਈਵਰ ਹਾਂ ਸਤਲੁਜ ਸਕੂਲ 'ਚ ਡਰਾਈਵਰ ਹਾਂ ਜੀ ਮਦਿਆੜੀ ਕਰਨ ਵਾਲਾ ਬੰਦਾ ਜੀ ਮੇਰੇ 2 ਲੜਕੀਆਂ ਨੇ ਇੱਕ ਲੜਕਾ ਹੈ ਉਹਨੂੰ ਉਸੇ ਦੀ ਵਜ੍ਹਾ ਨਾਲ ਮੇਰੀ ਸ਼ਾਦੀ ਨਹੀਂ ਹੋ ਰਹੀ ਲੜਕੀਆਂ ਦੀ ਹਾਂਜੀ ਹੁਣ ਸਦਰ ਥਾਣੇ ਪਹੁੰਚੇ ਹਾਂ ਜੀ ਤੇ ਹੁਣ ਸਾਡੇ ਗੱਲ ਪੈ ਸੀ ਹੁਣ ਸਦਰ ਥਾਣੇ ਆਏ ਬੁਲਾਇਆ ਹੋਇਆ ਸਾਨੂੰ 112 ਤੇ ਕਾਲ ਕੀਤੀ ਸੀ ਉਹ 112 ਵਾਲੇ ਨੇ ਸਾਨੂੰ ਕਹਿੰਦੇ ਵੀ ਤੁਸੀਂ ਸਦਰ ਥਾਣੇ ਜਾ ਕੇ ਐਪਲੀਕੇਸ਼ਨ ਲਿਖਾਓ ਹਾਂਜੀ ਹਾਂਜੀ ਹਮਲਾ ਸਰਬਜੀਤ ਤੇ ਉਹਦਾ ਬੇਟਾ ਤੇ ਉਹਦਾ ਮਾਮੇ ਦਾ ਬੇਟਾ ਤੇ 2 ਬੰਦੇ ਹੋਰ ਸੀ ਉਹਨਾਂ ਨੂੰ ਨਹੀਂ ਜਾਣਦਾ ਜੀ ਮੈਂ ਸਮੇਂ ਜੀ ਏਡੀਆ ਕੋਈ 5-6 ਵਜੇ ਦੇ ਕਰੀਬਨ ਜੀ ਅਸੀਂ ਮਨਜੀਤ ਸਿੰਘ ਬਠਲੇ ਦੀ ਢਾਣੀ ਤੇ ਮਨਜੂਰ ਸੀ ਮੌਕੇ ਦਾ ਸਰਪੰਚ ਦੀ ਢਾਣੀ ਵੀ ਉੱਥੇ ਹੀ ਹੈ ਜੀ ਹਾਂਜੀ ਤੇ ਦਾਰੂ ਨਾਲ ਫੁੱਲ ਹੋਇਆ ਹੋਇਆ ਸੀ ਸਰਪੰਚ ਸਰਬਜੀਤ ਦਾਰੂ ਪੀ ਰੱਖੀ ਫੁੱਲ ਪੀ ਸੀ ਆਰ ਉੱਥੇ ਖੜੀ ਹੋਈ ਸੀ ਆਪਣੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਵੀ ਇਹਦਾ ਮੈਡੀਕਲ ਕਰਵਾਓ ਤੇ ਗੰਦੀਆਂ ਗਾਲਾਂ ਵੀ ਕੱਢਦਾ ਰਿਹਾ ਇੰਨੀਆਂ ਗੰਦੀਆਂ ਗਾਲਾਂ ਮੈਂ ਨਹੀਂ ਬੋਲਿਆ ਨਹੀਂ ਉਹਨਾਂ ਅੱਗੇ ਕੁਛ ਨਹੀਂ ਬੋਲਿਆ ਜੀ ਜਾਨ ਸੇ ਮਾਰਨੇ ਕੀ ਧਮਕੀ ਹੋਰ ਦੀ ਕਿ ਤੈਨੂੰ ਕੋਈ ਛੋੜਨਾ ਨਹੀਂ ਮਾਰ ਕੇ ਛੋਡੂੰਗਾ ਹਾਂਜੀ ਹਾਂਜੀ ਅਸੀਂ ਮੈਂ ਡਰਾਈਵਰੀ ਕਰਦਾ ਸਤਲੁਜ ਸਕੂਲ 'ਚ ਜੀ ਪ੍ਰਸ਼ਾਸਨ ਨੂੰ ਸਾਨੂੰ ਅਨਿਆਏ ਮਿਲੇ ਤੇ ਇਹੋ ਜਿਹਾ ਧੱਕਾਸ਼ਾਹੀ ਸਾਡੇ ਨਾਲ ਨਾ ਕਰੇ ਹਾਂਜੀ ਲੋਕਾਂ ਯੂਥ ਕੋਲ ਸਾਡਾ ਕੇਸ ਚੱਲ ਰਿਹਾ 16 ਤਰੀਕ ਨੂੰ ਅਸੀਂ ਤਰੀਕ ਭੁਗਤ ਕੇ ਆਏ ਹਾਂ ਜੀ ਤੇ ਸਾਡੀ ਹੁਣ ਉਹਨੇ ਫਸਣ ਦੀ ਸਕੀਮ ਹੈ ਉਹਦੀ ਜੀ ਤੇ ਇਸ ਕਰਕੇ ਹੁਣ ਸਾਡੇ ਗੱਲ ਪੈਂਦਾ ਜੀ ਤੇ ਕਈ ਵਾਰੀ SP ਸਾਹਿਬ ਨੂੰ ਦਰਖਾਸਤਾਂ ਲਾ ਚੁੱਕੇ ਹਾਂ ਸਾਡੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹਾਂਜੀ।